ਰੱਬ ਦੀ ਮਰਜ਼ੀ ਅੱਗੇ ਕਿਹਦਾ ਜ਼ੋਰ ਹੈ। ਬਾਕੀ ਗਰੀਬ ਦੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਹੈ, ਵਿਚਾਰਾ ਦੁੱਖਾਂ 'ਚ ਜੰਮਦਾ, ਦੁੱਖਾਂ 'ਚ ਹੀ ਮਰ ਜਾਂਦਾ। ਬੇਟਾ ਪਾਪਾ ਪਾਪਾ ਆ ਗਏ, ਪਾਪਾ ਆ ਗਏ। ਮੇਰਾ ਪੁੱਤ। ਪਾਪਾ ਤੁਸੀਂ ਅਜੇ ਫਿਰ ਨਹੀਂ ਕੁਝ ਲਿਆਏ? ਪੁੱਤ ਤੈਨੂੰ ਪਤਾ ਤਾਂ ਹੈ ਮੈਨੂੰ ਕੰਮ ਤੇ ਦੇਰੀ ਹੋ ਜਾਂਦੀ ਆ, ਤੇ ਹੁਣ ਤੱਕ ਤਾਂ ਸਾਰੀਆਂ ਦੁਕਾਨਾਂ ਵੀ ਬੰਦ ਹੋ ਗਈਆਂ। ਤੁਸੀਂ ਹਰ ਵਾਰੀ ਏਦਾਂ ਕਹਿੰਦੇ ਹੋ, ਮੰਮੀ ਵੀ ਨਹੀਂ ਕੁਝ ਖਾਣ ਨੂੰ ਦਿੰਦੀ, ਕਹਿੰਦੀ ਆ ਸਵੇਰੇ ਖਾਣਾ ਢਿੱਡ ਖਰਾਬ ਹੋ ਜਾਂਦਾ। ਤੇ ਦੁਪਹਿਰੇ ਵੀ ਇੱਕ ਹੀ ਰੋਟੀ ਦਿੰਦੀ ਆ ਖਾਣ ਨੂੰ, ਸਾਰਾ ਦਿਨ ਬੜੀ ਭੁੱਖ ਲੱਗਦੀ ਹੈ। ਕੋਈ ਗੱਲ ਨਹੀਂ ਪੁੱਤ, ਅੱਜ ਆਪਾਂ ਰੱਜ ਕੇ ਰੋਟੀ ਖਾਵਾਂਗੇ। ਕੀ ਦੇਖਦੇ ਹੋ, ਜਿੰਨੀ ਮਿਹਨਤ ਨਾਲ ਤੁਸੀਂ ਕਮਾਉਂਦੇ ਹੋ ਉਸ ਤੋਂ ਜ਼ਿਆਦਾ ਮਿਹਨਤ ਮੇਰੀ ਲੱਗਦੀ ਹੈ ਉਸਨੂੰ ਬਚਾਉਣ ਅਤੇ ਖਰਚਣ ਵਿੱਚ, ਅਤੇ ਜੋ ਬਚਦਾ ਉਹ ਤੁਹਾਡੇ ਸਾਹਮਣੇ। ਫਰੀਦਾ ਮੌਤ ਤੋਂ ਭੁੱਖ ਬੁਰੀ, ਰਾਤੀ ਖਾ ਕੇ ਸੁੱਤੇ, ਸਵੇਰੇ ਫਿਰ ਖੜੀ। ਮੰਮੀ ਮੈਨੂੰ ਹੋਰ ਭੁੱਖ ਲੱਗੀ ਆ, ਮੈਨੂੰ ਹੋਰ ਰੋਟੀ ਚਾਹੀਦੀ ਆ। ਆ ਲੈ ਪੁੱਤ, ਤੂੰ ਆ ਖਾ ਲਾ, ਖਾ ਲਾ। ਮੈਨੇਜਰ ਸਾਹਿਬ ਕੀ ਹੋਇਆ? ਕੁਝ ਨਹੀਂ ਜੀ, ਮੈਂ ਸੋਚਿਆ ਤੁਹਾਡਾ ਹਾਲ ਚਾਲ ਪੁੱਛ ਲਵਾਂ। ਹੋਰ ਘਰ ਭਾਬੀ ਜੀ ਬੱਚੇ ਸਭ ਠੀਕ ਠਾਕ ਹੈ ਨਾ? ਹਾਂ ਸਭ ਠੀਕ ਠਾਕ ਹੈ, ਕੋਈ ਕੰਮ ਦੀ ਗੱਲ ਹੈ ਤਾਂ ਕਰ, ਮੈਂ ਪਹਿਲਾਂ ਲੇਟ ਹੋ ਰਿਹਾ ਬੈਂਕ ਜਾਣ ਵਾਸਤੇ। ਦਰਅਸਲ ਮੈਂ ਸੁਣਿਆ ਸੀ ਆ ਸਰਕਾਰ ਕੋਈ ਕਰਜ਼ਾ ਵਗੈਰਾ ਦਿੰਦੀ ਆ ਗਰੀਬਾਂ ਨੂੰ ਆ ਕੋਈ ਕੰਮ ਧੰਦਾ ਸ਼ੁਰੂ ਕਰਨ ਵਾਸਤੇ, ਅਤੇ ਜੇ ਤੁਸੀਂ ਮੇਰੀ ਥੋੜ੍ਹੀ ਜਿਹੀ ਮਦਦ ਕਰ ਦਵੋ ਤਾਂ। ਕੋਈ ਜ਼ਮੀਨ ਹੈ ਤੇਰੇ ਕੋਲ? ਜ਼ਮੀਨ? ਜ਼ਮੀਨ ਤਾਂ ਹੈ ਨਹੀਂ ਜੀ ਮੇਰੇ ਕੋਲ। ਕੋਈ ਗਹਿਣਾ ਗੱਟਾ? ਉਹ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਮੈਨੇਜਰ ਸਾਹਿਬ, ਇੱਥੇ ਗਰੀਬ ਨੂੰ ਦੋ ਡੰਗ ਦੀ ਰੋਟੀ ਨਹੀਂ ਜੁੜਦੀ, ਅਤੇ ਗਹਿਣੇ ਗੱਟੇ ਕਿੱਥੋਂ ਬਣਨੇ ਆ ਸਾਡੇ ਕੋਲੋਂ? ਦੇਖ ਬਾਈ, ਇਹ ਕੋਈ ਵਿਆਹ ਦਾ ਲੱਡੂ ਨਹੀਂ ਹੈਗਾ ਜੋ ਸਰਕਾਰ ਹਰੇਕ ਨੂੰ ਬਣਦੀ ਫਿਰੇ।
ਕੋਈ ਗਾਰੰਟੀ ਤਾਂ ਹੋਣੀ ਚਾਹੀਦੀ ਹੈ। ਕੱਲ ਨੂੰ ਤੂੰ ਬੈਂਕ ਤੇ ਪੈਸੇ ਲੈ ਕੇ ਭੱਜ ਗਿਆ ਤਾਂ ਕੌਣ ਜ਼ਿੰਮੇਵਾਰ ਹੋਊ? ਸਮਝਿਆ ਕੁਛ? ਹਾਂ ਸਮਝ ਗਿਆ। ਕੀ ਸਮਝਿਆ? ਇਹੀ ਕਿ ਜਦੋਂ ਕੋਈ ਗਰੀਬ ਆਪਣੀ ਗਰੀਬੀ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਕਰੇ ਉਹ ਤੇ ਇੰਨਾ ਬੋਝ ਪਾ ਦਿਓ ਕਿ ਉਹ ਆਪਣਾ ਸਿਰ ਹੀ ਨਾ ਚੱਕ ਸਕੇ। ਤੁਹਾਡਾ ਤਾਂ ਕੰਮ ਹੀ ਇਹੀ ਹੈ। ਕਰੇ ਤੁਸੀਂ ਆ ਗਏ। ਦੇਖੋ ਗੁਰੀ ਨੂੰ ਕਿੰਨਾ ਬੁਖਾਰ ਚੜਿਆ ਹੋਇਆ ਹੈ। ਮੈਂ ਦਵਾਈ ਲੈ ਕੇ ਆਉਣਾ। ਮੇਰੇ ਮੁੰਡੇ ਨੂੰ ਬਹੁਤ ਤੇਜ਼ ਬੁਖਾਰ ਆ, ਦਵਾਈ ਦੇ ਦਿਓ ਕੋਈ। 200 ਰੁਪਏ ਦੇ ਦਿਓ। 200 ਰੁਪਏ? ਮੇਰੇ ਕੋਲ 50 ਰੁਪਏ ਆ, ਤੁਸੀਂ ਇਹ ਰੱਖੋ, ਮੈਂ ਬਾਕੀ ਪੈਸੇ ਕੱਲ ਦੇ ਦੂੰ। ਮੈਂ ਤਾਂ ਤੈਨੂੰ ਜਾਣਦਾ ਨਹੀਂ, ਮੈਂ ਉਧਾਰ ਕਿਵੇਂ ਕਰ ਲਵਾਂ ਤੇਰੇ ਨਾਲ? ਮੇਰੀ ਮਿਹਨਤੀ ਆ ਜੀ, ਮੇਰੇ ਬੱਚੇ ਨੂੰ ਬਹੁਤ ਤੇਜ਼ ਬੁਖਾਰ ਆ, ਮੈਨੂੰ ਦਵਾਈ ਦੇ ਦਿਓ। ਪਹਿਲਾਂ ਪੂਰੇ ਪੈਸੇ ਲੈ ਕੇ ਆ, ਫਿਰ ਦਵਾਈ ਲੈ ਜੀ। ਭਾਜੀ ਮੇਰਾ ਮੁੰਡਾ ਬਿਮਾਰ ਆ, ਉਹਦੀ ਹਾਲਤ ਬਹੁਤ ਮਾੜੀ ਆ, ਮੈਂ ਉਹਦੇ ਲਈ ਦਵਾਈ ਲੈਣੀ ਆ, ਤੁਸੀਂ ਥੋੜ੍ਹੀ ਜਿਹੀ ਮਦਦ ਕਰ ਦਿਓ। ਓਹੋ, ਕਿੰਨੇ ਸਾਲ ਦਾ ਮੁੰਡਾ ਤੇਰਾ? ਮੁੰਡਾ 10 ਸਾਲ ਦਾ ਜੀ। 10 ਸਾਲ ਦਾ? ਕੋਈ ਨਹੀਂ, ਹੋ ਜੂਗਾ ਠੀਕ, ਦਵਾਈ ਦਵੂਈ ਦਵਾ ਉਹਨੂੰ, ਆ ਲੈ 10 ਰੁਪਈਏ। ਉਹਦੀ ਦਵਾਈ ਘੱਟੋ ਘੱਟ 200 ਰੁਪਈਏ ਦੀ ਆਉਣੀ ਆ ਜੀ। 200 ਰੁਪਈਆ? ਨਾ ਮੈਂ ਕੋਈ ਨੋਟ ਛਾਪਣ ਵਾਲੀ ਮਸ਼ੀਨ ਲਾਈ ਹੋਈ ਆ, 200 ਰੁਪਈਆ ਚਾਹੀਦਾ, ਜਿੰਨੀ ਮੇਰੀ ਸਰਦਾ ਸੀ ਉਹਨੇ ਦੇਤੇ, ਕਿਸੇ ਹੋਰ ਤੋਂ ਮੰਗ ਲਾ ਜਾ ਕੇ। ਮੈਂ ਕੋਈ ਭੀਖ ਨਹੀਂ ਮੰਗ ਰਿਹਾ ਜੀ। ਲੈ ਦੇਖੋ, ਨਾਲੇ ਮਦਦ ਕਰੋ, ਉੱਤੋਂ ਆਕੜਦੇ ਆ, ਮੈਂ ਸਭ ਜਾਣਦਾ ਤੇਰੇ ਵਰਗਿਆਂ ਨੂੰ, ਬੱਚਿਆਂ ਦੀ ਬਿਮਾਰੀ ਦਾ ਬਹਾਨਾ ਲਾ ਕੇ ਆ ਜਾਂਦੇ ਆ ਮੰਗਣ। ਚੱਲ ਤੋਰ ਇੱਥੋਂ। ਮੇਰੀ ਗੱਲ ਤਾਂ ਸੁਣੋ ਤੁਸੀਂ। ਉਹ ਚੱਲ, ਤੈਨੂੰ ਕਿਹਾ ਜਾ ਭੱਜ। ਹੈਲੋ, ਹਾਂਜੀ ਪ੍ਰਧਾਨ ਜੀ, ਸਤਿ ਸ੍ਰੀ ਅਕਾਲ। ਅੱਛਾ, 25 ਲੱਖ ਰੁਪਈਏ ਦਾ ਚੈੱਕ ਦਿੱਤਾ ਸੀ ਗੁਰਦੁਆਰਾ ਸਾਹਿਬ ਦੀ ਸੇਵਾ ਵਾਸਤੇ, ਪਾਸ ਹੋ ਗਿਆ ਨਾ? ਪੱਥਰ ਦੇ ਉੱਤੇ ਨਾਂ ਤਾਂ ਮੋਟੇ ਅੱਖਰਾਂ 'ਚ ਕਰਕੇ ਲਿਖਾਇਓ। 25 ਲੱਖ ਰੁਪਈਆ ਸੇਵਾ ਕਰਾਈ ਆ ਗੁਰਦੁਆਰਾ ਸਾਹਿਬ ਨੂੰ। ਠੀਕ ਆ ਜੀ, ਠੀਕ ਆ, ਸਤਿ ਸ੍ਰੀ ਅਕਾਲ। ਕੋਈ ਗੱਲ ਨਹੀਂ ਜੀ, ਹੋ ਜਾਏਗਾ ਹੋ ਜਾਏਗਾ, ਮੈਂ ਤੁਹਾਨੂੰ ਬਾਅਦ 'ਚ ਫੋਨ ਕਰਦਾ ਜੀ। ਤੂੰ ਫੇਰ ਆ ਗਿਆ, ਮੈਂ ਤੈਨੂੰ ਕਿਹਾ ਨਾ ਪਹਿਲਾਂ ਪੂਰੇ ਪੈਸੇ ਲੈ ਕੇ ਆ, ਫਿਰ ਦਵਾਈ ਲੈ ਕੇ ਜਾਈ। ਮੇਰੀ ਮਿਹਨਤੀ ਆ ਜੀ, ਮੇਰੇ ਬੱਚੇ ਵਾਸਤੇ ਦਵਾਈ ਦੇ ਦਿਓ, ਉਹਦੀ ਹਾਲਤ ਬਹੁਤ ਖਰਾਬ ਆ, ਇਸ ਵੇਲੇ ਤਾਂ ਕੋਈ ਡਾਕਟਰ ਵੀ ਨਹੀਂ ਮਿਲਣਾ। ਕੋਈ ਨਹੀਂ ਜੀ, ਲੈ ਜਾਓ। ਧੰਨਵਾਦ। ਸੁਨੀਤਾ, ਓ ਸੁਨੀਤਾ, ਆ ਗਏ ਤੁਸੀਂ? ਇੰਨੀ ਦੇਰ ਕਿੱਥੇ ਲਾ ਦਿੱਤੀ? ਕੀ ਦੱਸਾਂ, ਗਰੀਬੀ ਨਾਲ ਲੜਨ ਲਈ ਇੱਕ ਗਰੀਬ ਨੂੰ ਕਿੰਨੇ ਪਾਪੜ ਵੇਲਣੇ ਪੈਂਦੇ ਆ। ਤੂੰ ਦਵਾਈ ਦੇ ਮੇਰੇ ਪੁੱਤ ਨੂੰ। ਹਾਂ ਗੁਰੀ, ਉੱਠ ਪੁੱਤ, ਦਵਾਈ ਖਾ ਲਾ। ਗੁਰੀ ਗੁਰੀ ਗੁਰੀ, ਉੱਠ ਨਹੀਂ ਰਿਹਾ। ਗੁਰੀ ਉੱਠ ਪੁੱਤ। ਗੁਰੀ ਗੁਰੀ, ਆ ਦੇਖ, ਆ ਦੇਖ, ਮੈਂ ਤੇਰੇ ਲਈ ਚੀਜ਼ੀ ਲੈ ਕੇ ਆਇਆ, ਉਹ ਦੇਖ, ਸਾਈਕਲ ਨਾਲ ਬੰਨੀ ਹੋਈ, ਖਾ ਲਾ ਪੁੱਤ। ਗੁਰੀ ਨਹੀਂ ਉੱਠਦਾ ਪਿਆ ਏ। ਗੁਰੀ ਗੁਰੀ ਉੱਠਦਾ।
ਗੁਰੂ ਉੱਠ ਜਾ, ਕੀ ਹੋ ਗਿਆ ਮੇਰੇ ਗੁਰੂ ਨੂੰ? ਇਹਨੂੰ ਕਿੱਥੇ ਲੈ ਕੇ ਜਾ ਰਹੇ ਹੋ? ਸਦਾ ਲਈ ਮਿੱਟੀ ਚ ਸਲਾਉਣ, ਘੱਟੋ ਘੱਟ ਇਹਦਾ ਸੰਸਕਾਰ ਤਾਂ ਕਰ ਦੋ। ਗਰੀਬਾਂ ਦੀ ਜ਼ਿੰਦਗੀ ਕੀੜੇ ਮਕੌੜਿਆਂ ਵਰਗੀ ਹੁੰਦੀ ਆ, ਤੇ ਕੀੜੇ ਮਕੌੜੇ ਮਿੱਟੀ ਵਿੱਚ ਦੱਬ ਕੇ ਹੀ ਮਰਦੇ ਆ, ਇਹਨਾਂ ਦਾ ਸੰਸਕਾਰ ਨਹੀਂ ਕੀਤਾ ਜਾਂਦਾ। ਬਈ ਕੀ ਫਾਇਦਾ ਇੰਨੀ ਮਿਹਨਤ ਕਰਨ ਦਾ? ਸਾਰੀ ਜ਼ਿੰਦਗੀ ਮਿਹਨਤ ਕਰਕੇ ਇੰਨਾ ਬੜਾ ਕਮਾ ਸਕਿਆ ਕਿ ਆਪਣੇ ਮੁੰਡੇ ਨੂੰ ਬਚਾ ਸਕਦਾ? ਲਾਂਤ ਆ ਤੇਰੇ ਤੇ, ਉਹ ਤੇਰੇ ਵਰਗੇ ਬੰਦੇ ਨੂੰ ਤਾਂ ਮਰ ਜਾਣਾ ਚਾਹੀਦਾ। ਉਹ ਤੇਰਾ ਮੁੰਡਾ ਕਿਸੇ ਬਿਮਾਰੀ ਜਾਂ ਭੁੱਖ ਨਾਲ ਨਹੀਂ ਮਰਿਆ, ਤੇਰੀ ਗਰੀਬੀ ਨੇ ਮਾਰਿਆ ਉਹਨੂੰ, ਤੂੰ ਮਾਰਿਆ ਉਹਨੂੰ। ਇਹ ਤੋਂ ਚੰਗਾ ਸੀ ਉਹਦੀ ਥਾਂ ਤੇ ਤੂੰ ਮਰ ਜਾਂਦਾ, ਤੂੰ ਮਰ ਜਾਂਦਾ। ਲਾਣਤਾ ਤੇਰੇ ਤੇ, ਤੂੰ ਮਾਰਿਆ ਉਹਨੂੰ, ਤੂੰ ਮਰ ਜਾਣਾ ਚਾਹੀਦਾ। ਗਰੀਬੀ ਨੇ ਮਾਰਿਆ ਉਹਨੂੰ, ਬਸ ਕਰੋ, ਬਸ ਕਰੋ, ਬਸ ਕਰੋ। ਹਾਂਜੀ, ਤੁਸੀਂ ਕੌਣ ਜੀ? ਮੈਂ ਸਰਕਾਰ ਵੱਲੋਂ ਚਲਾਈ ਗਈ ਜੀਵਨ ਬੀਮਾ ਸਕੀਮ ਵੱਲੋਂ ਆਇਆ, ਜਿਸ ਦੇ ਵਿੱਚ ਰੱਬ ਨਾ ਕਰੇ ਤੁਹਾਨੂੰ ਕੱਲ੍ਹ ਨੂੰ ਕੁਝ ਹੋ ਜਾਂਦਾ ਤਾਂ ਸਰਕਾਰ ਵੱਲੋਂ ਤੁਹਾਨੂੰ 2 ਲੱਖ ਰੁਪਏ ਦਿੱਤਾ ਜਾਊ। 2 ਲੱਖ ਰੁਪਇਆ? ਹਾਂਜੀ, 2 ਲੱਖ ਰੁਪਇਆ। ਇਸ ਦੇ ਵਿੱਚ ਸਿਰਫ ਤੁਸੀਂ 100 ਰੁਪਇਆ ਮਹੀਨਾ ਜਮ੍ਹਾਂ ਕਰਾਉਣਾ। ਹਾਂਜੀ, ਜੇ ਤੁਸੀਂ ਸਕੀਮ ਲੈਣ 'ਚ ਇੰਟਰਸਟਡ ਹੋ ਤਾਂ ਮੈਂ ਬਾਕੀ ਦੀਆਂ ਗੱਲਾਂ ਦੱਸਾਂ। ਮੈਨੂੰ ਨਹੀਂ ਪਤਾ ਮੈਂ ਜੋ ਕਰਨ ਜਾ ਰਹੀ ਹਾਂ ਉਹ ਠੀਕ ਹੈ ਜੇ ਗਲਤ, ਹੋ ਸਕਦਾ ਹੈ ਗਲਤ ਹੋਵੇ, ਪਰ ਮੈਨੂੰ ਇੰਨਾ ਪਤਾ ਜਿਸ ਗਰੀਬੀ ਨੇ ਮੇਰੇ ਪੁੱਤ ਨੂੰ ਖਾ ਲਿਆ, ਮੈਂ ਨਹੀਂ ਚਾਹੁੰਦੀ ਕਿ ਉਹ ਗਰੀਬੀ ਮੇਰੀ ਧੀ ਨੂੰ ਵੀ ਖਾ ਜਾਵੇ। ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇ। ਦੁਪਹਿਰੇ ਵੀ ਇੱਕ ਹੀ ਰੋਟੀ ਦਿੰਦੀ ਆ ਖਾਣ ਨੂੰ, ਸਾਰਾ ਦਿਨ ਬੜੀ ਭੁੱਖ ਲੱਗਦੀ ਹੈ। ਇਹ ਕੋਈ ਵਿਆਹ ਦਾ ਲੱਡੂ ਨਹੀਂ ਹੈਗਾ ਜੋ ਸਰਕਾਰ ਹਰੇਕ ਨੂੰ ਵੰਡਦੀ ਫਿਰੇ। ਬੱਚਿਆਂ ਦੀ ਬਿਮਾਰੀ ਦਾ ਬਹਾਨਾ ਲਾ ਕੇ ਆ ਜਾਂਦੇ ਆ ਮੰਗਣ, ਚੱਲ ਤੋਰ ਇੱਥੋਂ।
ਮੈਨੂੰ ਵੀ ਰੋਟੀ ਚਾਹੀਦੀ ਆ। ਗਰੀਬਾਂ ਦੀ ਜ਼ਿੰਦਗੀ ਕੀੜੇ ਮਕੌੜਿਆਂ ਵਰਗੀ ਹੁੰਦੀ ਆ, ਤੇ ਕੀੜੇ ਮਕੌੜੇ ਮਿੱਟੀ ਵਿੱਚ ਦੱਬ ਕੇ ਹੀ ਮਰਦੇ ਆ। ਤੇਰੀ ਗਰੀਬੀ ਨੇ ਮਾਰਿਆ ਉਹਨੂੰ, ਲਾਣਤਾਂ ਤੇਰੇ ਤੇ, ਉਹ ਤੇਰੇ ਵਰਗੇ ਨੂੰ ਤਾਂ ਮਰ ਜਾਣਾ ਚਾਹੀਦਾ। देखी जो गरीबी तो चुपके से मर गया, इस तरह बेटा बाप पे एहसान कर गया। ਲੈ ਬਈ ਕਸਤੀ ਤਾਰ ਤਾਂ। ਉਹ ਯਾਰ ਉਹ ਵੇਖ, ਉਹ ਵਾਲੀ ਤਾਰ ਤਾਂ ਰਹਿ ਹੀ ਗਈ, ਆਪਾਂ ਹੋਰ ਪਾਸੇ ਵੀ ਜਾਣਾ ਯਾਰ। ਉਹ ਯਾਰ ਇੱਦਾਂ ਛੱਡ ਕੇ ਨਾ ਜਾ, ਮੈਂ ਕੱਲ ਹੀ ਅਖਬਾਰ 'ਚ ਪੜ੍ਹਿਆ ਇੱਕ ਬੰਦੇ ਦੀ ਤਾਰ ਨਾਲ ਚਿੰਬੜ ਕੇ ਮੌਤ ਹੋ ਗਈ ਤੇ ਸਰਕਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣਾ ਪਿਆ। ਉਹ ਯਾਰ ਕਿਸੇ ਨੇ ਨੰਗੀ ਤਾਰ ਛੇੜ ਕੇ ਆਪਣੀ ਮੌਤ ਬੁਲਾਉਣੀ ਹੈ, ਚੱਲ ਚੱਲੀਏ। ਭੈਣ ਜੀ, ਪ੍ਰਸ਼ਾਸਨ ਦੀ ਗਲਤੀ ਨਾਲ ਜੋ ਵੀ ਹੋਇਆ ਮੈਨੂੰ ਇਹਦਾ ਬੇਹੱਦ ਅਫਸੋਸ ਹੈ, ਔਰ ਮੈਂ ਸਖ਼ਤ ਤੋਂ ਸਖ਼ਤ ਕਦਮ ਚੱਕਾਂਗਾ। ਬਾਕੀ ਰੱਬ ਦੀ ਮਰਜ਼ੀ ਅੱਗੇ ਕਿਹਦਾ ਜ਼ੋਰ। ਜਨਾਬ, ਕੋਈ ਮੁਆਵਜ਼ਾ ਵਗੈਰਾ ਦਾ ਐਲਾਨ ਕਰਨਾ? ਓਏ ਚੁੱਪ ਕਰ ਜਾ, ਪਤਾ ਨਹੀਂ ਕਿੰਨੇ ਲੋਕ ਰੋਜ਼ ਤਾਰਾਂ ਨਾਲ ਚਿਮੜ ਚਿਮੜ ਕੇ ਮਰਦੇ ਆ। ਜੇ ਏਦਾਂ ਸਰਕਾਰ ਮੁਆਵਜ਼ਾ ਦੇਣ ਲੱਗੀ ਨਾ, ਬਸ ਫਿਰ ਕਰ ਲਈਆਂ ਆਪਾਂ ਤਰੱਕੀਆਂ। ਅੱਛਾ ਭੈਣ ਜੀ, ਸਤਿ ਸ੍ਰੀ ਅਕਾਲ, ਸਾਨੂੰ ਦਿਓ ਇਜਾਜ਼ਤ। ਨਹੀਂ ਨਹੀਂ, ਏਦਾਂ ਨਹੀਂ ਤੁਸੀਂ ਕਰ ਸਕਦੇ, ਮੇਰਾ ਪਰਿਵਾਰ ਭੁੱਖਾ ਮਰਜੂ, ਮੈਂ ਆਪਣੇ ਪਰਿਵਾਰ ਨੂੰ ਭੁੱਖਾ ਨਹੀਂ ਮਰਨ ਦੇਣਾ, ਮੈਨੂੰ ਮੁਆਵਜ਼ੇ ਦੀ ਲੋੜ ਆ, ਮੈਂ ਤੁਹਾਨੂੰ ਜਾਣ ਨਹੀਂ ਦੇਵਾਂਗਾ, ਨਹੀਂ ਜਾਣ ਦੇਵਾਂਗਾ। ਪਾਪੀ, ਉਹ ਵੀਰਾ, ਮੈਨੂੰ ਮਾਫ ਕਰ ਦੇ, ਮੈਥੋਂ ਬਹੁਤ ਵੱਡੀ ਗਲਤੀ ਹੋ ਗਈ, ਤੁਹਾਨੂੰ ਗਰੀਬੀ ਦੀ ਦਲਦਲ ਚੋਂ ਕੱਢਣ ਦੇ ਚੱਕਰ ਚ ਮੈਂ ਤੁਹਾਨੂੰ ਹੋਰ ਡੂੰਘਾ ਧੱਸਤਾ। ਹਾਏ ਰੱਬਾ, ਮੈਂ ਇਹ ਕੀ ਕਰਤਾ, ਹਾਏ ਰੱਬਾ, ਮੈਂ ਇਹ ਕੀ ਕਰਤਾ ਓਏ।